ਹੈਲੋ। ਹੈਲੋ, ਹਾਂਜੀ ਵੀਰ ਜੀ, ਤੁਹਾਡਾ ਫੋਨ ਆ ਰਿਹਾ ਸੀ। ਮੈਂ ਹਰਪ੍ਰੀਤ ਸਿੰਘ ਮਖੂ ਬੋਲ ਰਿਹਾ ਵਾਂ। ਹਾਂਜੀ ਹਾਂਜੀ ਸਰ ਜੀ। ਹਾਂਜੀ, ਤੇ ਭਾਜੀ ਤੁਸੀਂ ਕਹਿ ਰਹੇ ਸੀ ਕਿ ਚੈਨਲ ਤੇ ਸਾਡੀ ਗੁਹਾਰ ਲਾਓ, ਅਸੀਂ ਫਸੇ ਹੋਏ ਆ। ਤੁਸੀਂ ਵੀਰ ਜੀ ਕਿਹੜੀ ਜਗ੍ਹਾ ਜੀ? ਸਰ ਆਪਾਂ ਇੱਥੇ ਹੈਗੇ ਆ ਸ੍ਰੀਨਗਰ, ਮੇਨ ਸ੍ਰੀਨਗਰ। ਅੱਛਾ, ਮੇਨ ਸ੍ਰੀਨਗਰ ਦੇ ਵਿੱਚ ਹੀ ਹੋ? ਹਾਂਜੀ ਹਾਂਜੀ। ਓਕੇ, ਤੇ ਕੀ ਪ੍ਰੋਬਲਮ ਕੀ ਆਈ ਏ ਤੇ ਕੀ ਅਪੀਲ ਕਰਨੀ ਚਾਹੁੰਦੇ ਹੋ ਤੁਸੀਂ? ਪੰਜਾਬ ਤੋਂ ਜੀ? ਕਿੱਥੋਂ ਜੇ? ਪੰਜਾਬ ਆਪਾਂ ਦੇ ਕੁਝ ਮੁੰਡੇ ਅੰਮ੍ਰਿਤਸਰ ਦੇ, ਕੁਝ ਮੁੰਡੇ ਗੁਰਦਾਸਪੁਰ ਦੇ। ਤੇ ਇੱਥੇ ਕਿੰਨੇ ਜਣੇ ਹੋ ਤੁਸੀਂ ਵੀਰੇ? ਅਸੀਂ 3 ਜਣੇ ਤੇ ਇਧਰ ਬੁਲਬਰ ਸ਼ਾਹ, 10 ਜਣੇ ਇਧਰ ਆਇਆ, ਇਧਰ ਹੈਗੇ ਆਪਾਂ ਖਾਨੇ ਸਾਈਡ। ਅੱਛਾ, 10 ਜਣੇ ਹੋ। ਨਹੀਂ, ਮੈਨੂੰ ਖੁੱਲ ਕੇ ਮਾੜੀ ਜੀ ਵੀਰ ਦੀ ਗੱਲ ਸਾਰੀ ਕਰੋ ਨਾ ਆਪਾਂ, ਤਾਂ ਕਿ ਗੱਲ ਨੂੰ ਵੱਡੀਆਂ ਸੰਸਥਾਵਾਂ ਤੱਕ ਪੜਾਈਏ, ਪ੍ਰਸ਼ਾਸਨ ਤੱਕ ਤੁਹਾਡੀ ਬੇਨਤੀ ਪੜਾਈਏ। ਤੁਸੀਂ ਇੱਥੇ 10 ਜਣੇ ਸ੍ਰੀਨਗਰ ਦੇ ਵਿੱਚੋਂ ਫਸੇ ਹੋਏ? ਹਾਂਜੀ ਸਰ, ਤਕਰੀਬਨ 10 ਨਹੀਂ, ਆਪਾਂ ਦੇ 20-22, ਤਕਰੀਬਨ 20-22 ਤੋਂ ਵੀ ਜ਼ਿਆਦਾ ਹੋਣੇ। 20-22 ਤੋਂ ਜ਼ਿਆਦਾ ਮੁੰਡੇ ਹੋ? ਤੇ ਇੱਥੇ ਹਾਂਜੀ, ਆਏ ਕਿਵੇਂ ਸੀ ਸ੍ਰੀਨਗਰ? ਹਾਂਜੀ, ਸ੍ਰੀਨਗਰ ਆਏ ਕਿਵੇਂ ਸੀ ਤੁਸੀਂ? ਸ੍ਰੀਨਗਰ ਸਾਨੂੰ ਘੱਟ ਤੋਂ ਘੱਟ ਇੱਥੇ 4-4-5-5 ਮਹੀਨੇ ਹੋ ਗਏ। ਅੱਛਾ, 4-4-5-5 ਮਹੀਨੇ ਹੋ ਗਏ, ਠੀਕ ਹੈ। ਕਿਸ ਪਰਪਸ ਲਈ ਆਏ ਸੀ ਇੱਥੇ? ਵਰਕ ਵਰਕ ਲਈ। ਅੱਛਾ, ਵਰਕ ਲਈ। ਇੱਥੇ ਕੀ ਵਰਕ ਕਰਦੇ ਹੋ? ਇੱਥੇ ਕਾਰਪੇਂਟਰ। ਅੱਛਾ, ਕਾਰਪੇਂਟਰ ਦਾ ਕੰਮ ਤੁਸੀਂ ਇੱਥੇ ਕਰਦੇ ਹੋ ਮੇਰੇ ਵੀਰ? ਤੇ ਕਰੀਬ ਪੰਜਾਬ ਦੇ 20-22 ਮੁੰਡੇ ਨੇ, ਤੇ ਹੁਣ ਲੋਕਡਾਊਨ ਹੋ ਗਿਆ, ਕਰਫਿਊ ਲੱਗ ਗਿਆ, ਤੇ ਇਸ ਕਰਕੇ ਤੁਸੀਂ ਪੰਜਾਬ ਵਾਪਸ ਨਹੀਂ ਆ ਸਕਦੇ, ਹੈ ਨਾ? ਹਾਂਜੀ ਸਰ, ਕਿਉਂਕਿ ਇੱਧਰ ਆਪਾਂ ਵੀ ਕਮਰ ਵੀ ਘਰ ਵਾਰ ਮਹੀਨਾ ਮਹੀਨਾ ਹੋ ਗਿਆ ਵਿਹਲਿਆਂ ਨੂੰ। ਅੱਛਾ, ਮਹੀਨਾ ਮਹੀਨਾ ਹੋ ਗਿਆ ਵਿਹਲਿਆਂ ਨੂੰ, ਠੀਕ ਹੈ। ਹਾਂਜੀ ਹਾਂਜੀ। ਤੇ ਹੁਣ ਰਹਿੰਦੇ ਕਿੱਥੇ ਹੋ? ਰਹਿਣ ਆਪਾਂ ਇੱਧਰ ਸ੍ਰੀਨਗਰ ਖਾਨੇ ਦੇ ਇਲਾਕੇ ਹੀ ਰਹਿੰਦੇ ਹਾਂ। ਅੱਛਾ, ਨਹੀਂ ਇਹ ਗੁਰਦੁਆਰਾ ਸਾਹਿਬ ਆ ਜਾਂ ਕਿਰਾਏ ਦੀ ਥਾਂ ਆ ਜਾਂ ਕਿਵੇਂ ਹੈ? ਨਹੀਂ ਨਹੀਂ ਕਿਰਾਏ ਤੇ, ਕਿਰਾਏ ਤੇ, ਰੈਂਟ ਤੇ। ਅੱਛਾ, ਰੈਂਟ ਤੇ ਹੋ। ਤੇ ਇੱਥੇ ਤੁਹਾਨੂੰ ਪ੍ਰੋਬਲਮ ਕੀ ਆ ਰਹੀ ਹੈ ਮੇਰੇ ਵੀਰ? ਪ੍ਰੋਬਲਮ ਸਰ ਮਹੀਨਾ ਮਹੀਨਾ ਦੇ ਹੋ ਗਿਆ ਵਿਹਲਿਆਂ ਨੂੰ, ਤੇ ਖਾਣ ਪੀਣ ਨੂੰ ਵੀ ਤੁਹਾਨੂੰ ਪਤਾ ਬਾਹਲੀ ਤੰਗੀ ਹੋਣੀ, ਪੱਲੇ ਜੇਬਾਂ 'ਚ ਜਾਣ ਦੇ ਪਏ। ਅੱਛਾ, ਵੀ ਜੋ ਤੁਹਾਡੇ ਕੋਲ ਕਮਾਇਆ ਸੀ ਉਹ ਲੱਗ ਰਿਹਾ, ਤੁਹਾਡੇ ਕੋਲ ਹੋਰ ਕੁਛ ਨਹੀਂ ਆ ਰਿਹਾ? ਹਾਂਜੀ, ਇੱਕ ਪ੍ਰੋਬਲਮ ਹੈ ਨਾ, ਇੱਕ ਘਰ ਵੀ ਪਿੱਛੇ ਟੈਨਸ਼ਨ ਹੁੰਦੀ ਹੈ। ਹਾਂ, ਘਰ ਪਿੱਛੇ ਵੀ ਟੈਨਸ਼ਨ ਹੈ। ਜੀ ਜੀ ਬਿਲਕੁਲ ਜੀ ਬਿਲਕੁਲ ਵੀਰੇ, ਨੋ ਡਾਊਟ, ਪਰਿਵਾਰ ਨੂੰ ਵੀ ਟੈਨਸ਼ਨ ਹੁੰਦੀ ਹੈ ਕਿਤੇ ਨਾ ਕਿਤੇ, ਤੁਸੀਂ ਵੀ ਟੈਨਸ਼ਨ ਦੇ ਵਿੱਚ ਹੋ। ਹੁਣ ਮੇਰਾ ਹੀ ਪਰਿਵਾਰ ਲਾ ਲਓ ਵੀ, ਮੇਰੀ ਵਾਈਫ ਆ ਘਰ ਆ, ਮੇਰੇ ਬੱਚੇ ਗਏ ਕਪੂਰਥਲੇ ਦਾਨ ਗਏ ਆਪਣੇ। ਅੱਛਾ, ਤੇ ਉਹ ਦੋ ਛੋਟੇ ਬੱਚੇ ਆ, ਉਹ ਉੱਥੇ ਦੇ ਉੱਥੇ ਰਹਿ ਗਏ। ਓਹੋ, ਅੱਛਾ। ਔਰ ਜੇ ਘਰ ਹੋਵਾਂ ਮੈਂ ਤੇ ਕੋਈ ਨਾ ਕੋਈ ਪ੍ਰੋਬਲਮ ਦਾ ਹੱਲ ਹੋਊਗਾ। ਹਾਂ, ਪਾਸ ਲਿਆ ਜਾ ਸਕਦਾ ਹੈ, ਪ੍ਰੋਬਲਮ ਦੱਸੀ ਜਾ ਸਕਦੀ ਹੈ। ਛੋਟੇ ਸ਼ਹਿਰਾਂ ਦੇ ਵਿੱਚ ਤਹਿਸੀਲਦਾਰ ਪਰਮਿਸ਼ਨ ਦੇ ਦਿੰਦੇ ਨੇ, ਤੇ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੀ ਹੈ ਉਹ ਕਮਿਸ਼ਨਰ ਸਾਹਿਬ ਕੋਲੋਂ ਪਰਮਿਸ਼ਨ ਲੈਣੀ ਪੈਂਦੀ ਹੈ, ਡੀਸੀ ਸਾਹਿਬ ਕੋਲੋਂ, ਤੇ ਹੁਣ ਤੇ ਆਨਲਾਈਨ ਲਾਪੇ ਬਣਨ। ਵੀਰ ਜੀ ਬਿਲਕੁਲ, ਮੈਂ ਚਾਹੁੰਦਾ ਕਿ ਤੁਹਾਡੀ ਆਵਾਜ਼ ਜਿਹੜੀ ਹੈ ਮੈਂ ਅਕਾਲ ਚੈਨਲ ਦੇ ਜ਼ਰੀਏ ਬੜੀ ਦੂਰ ਤੱਕ ਲੈ ਕੇ ਜਾਵਾਂ, ਕਿਉਂਕਿ ਪਿੱਛੇ ਜੇ ਸਾਨੂੰ ਪਤਾ ਲੱਗਾ ਸੀ ਸੰਗਤ ਹਜ਼ੂਰ ਸਾਹਿਬ ਹੈ, ਅਸੀਂ ਉਹਨਾਂ ਦੀ ਆਵਾਜ਼ ਵੀ ਬਣੇ ਸੀ। ਅੱਜ ਸਾਨੂੰ ਪਤਾ ਲੱਗਿਆ ਵੀ ਕੁਝ ਲੋਕ ਜਿਹੜੇ ਨੇ, ਕਿਉਂਕਿ ਤੁਸੀਂ ਸਵੇਰੇ ਕੰਟੈਕਟ ਕੀਤਾ ਸੀ ਵੀ ਸਾਡੀ ਆਵਾਜ਼ ਬਣੋ। ਹਾਂਜੀ, ਮੈਂ ਰਾਤੀ ਵੀ ਕੀਤਾ ਸੀ ਤੁਹਾਡਾ। ਹਾਂ, ਰਾਤੀ ਵੀ ਤੁਹਾਡੀ ਕਾਲ ਆਈ ਸੀ, ਪਰ ਸਾਡੇ ਕੋਲ ਮਾਮਲਾ ਉਹ ਗ੍ਰੰਥੀ ਸਿੰਘ ਬੁਲਾਇਆ ਹੋਇਆ ਸੀ, ਉਹ ਲੈਣਾ ਵੀ ਬੜਾ ਜ਼ਰੂਰੀ ਸੀ। ਤੇ ਅੱਛਾ, ਹੁਣ ਤੁਸੀਂ ਇੱਥੇ ਕਰੀਬ 20-22 ਮੁੰਡੇ ਹੋ ਪੰਜਾਬ ਦੇ, ਤੇ ਸਾਰੇ ਤੇ ਸਾਰੇ ਪੰਜਾਬ ਨੂੰ ਆਉਣਾ ਚਾਹੁੰਦੇ ਹੋ? ਹਾਂਜੀ, ਤਕਰੀਬਨ ਪੰਜਾਬ ਨੂੰ ਸਾਰੇ ਆਉਣਾ ਚਾਹੁੰਦੇ ਹੋ। ਆਉਣਾ ਚਾਹੁੰਦੇ ਹੋ? ਤੁਸੀਂ ਇੱਥੋਂ ਕਿਸੇ ਕੋਲੋਂ ਕੋਈ ਪਰਮਿਸ਼ਨ ਲਈ ਹੈ, ਪਾਸ ਲਿਆ ਕੋਈ ਕਿ ਨਹੀਂ ਲਿਆ? ਸਰ ਪਰਮਿਸ਼ਨ ਤੇ ਚਲੋ ਲੈ ਲਈਏ, ਜਾਂ ਕਿਤੇ ਹੁਣ ਕਹਿੰਦੇ ਟਰੱਕਾਂ ਦੇ ਆਜੋ, ਟਰੱਕ ਦੇ ਲੇਬਰ ਨੂੰ ਘੁੱਟਦੇ ਵੀ ਬੜੇ ਪਏ ਰਸਤੇ 'ਚ, ਆਨਲਾਈਨ ਪਾਸ ਦੀ ਸੁਵਿਧਾ ਹੈ? ਆਨਲਾਈਨ ਸਰ ਪਤਾ ਨਹੀਂ ਹੁਣ ਆਨੋ ਕੋਈ ਇਹਦੇ ਬਾਰੇ। ਤੁਸੀਂ ਨਾ ਜਿਹੜਾ ਮੇਰਾ ਵੀਰ ਤੁਹਾਡੇ ਵਿੱਚੋਂ ਥੋੜਾ ਜਿਹਾ ਜਾਣਕਾਰੀ ਰੱਖਦਾ ਆ, ਮੈਂ ਇੱਕ ਪੋਸਟ ਭੇਜ ਦਿੰਦਾ ਵਾਂ, ਉਹਦੇ ਵਿੱਚ ਸਾਰਾ ਹੈ ਵੀ ਪਾਸ ਕਿਵੇਂ ਲਿਆ ਜਾਣਾ। ਪਰ ਸ੍ਰੀਨਗਰ ਦੀ ਕੀ ਪ੍ਰਕਿਰਿਆ ਇਹ ਮੈਨੂੰ ਥੋੜਾ ਕਨਫਰਮ ਕਰਨਾ ਪਏਗਾ, ਥੋੜਾ ਤੁਸੀਂ ਕਿਸੇ ਵੀਰ ਭਰਾ ਕੋਲੋਂ ਕਨਫਰਮ ਕਰ ਲਓ ਵੀ ਸ੍ਰੀਨਗਰ ਦੀ ਕੀ ਪ੍ਰਕਿਰਿਆ। ਅੱਛਾ ਜੀ ਸਰ। ਹਾਂਜੀ, ਆਨਲਾਈਨ ਜੇ ਤੇ ਪਾਸ ਨਿਕਲਦੇ ਨੇ ਮੇਰੇ ਵੀਰ, ਤੁਸੀਂ ਆਪਣੇ ਪਾਸ ਕਢਾ ਲਓ, ਉਸ ਪਾਸ ਦੇ ਜ਼ਰੀਏ ਫਿਰ ਤੁਸੀਂ ਟਰਾਂਸਪੋਰਟ ਦਾ ਪਤਾ ਕਰੋ ਵੀ ਕਿਹੜੀ ਚੀਜ਼ ਆ ਰਹੀ ਹੈ, ਉਹਦੇ ਜ਼ਰੀਏ ਫਸਟ ਕੀ ਹੈ? ਇਥੋਂ ਫਸਟ ਇਹ ਹੈ ਕਿ ਇਹ ਟਰੱਕ ਆ ਰਹੇ ਆ ਤਕਰੀਬਨ। ਅੱਛਾ, ਟਰੱਕ ਕਨਫਰਮ ਹੈ ਵੀ ਆ ਜਾ ਰਹੇ ਨੇ? ਹਾਂਜੀ ਹਾਂਜੀ, ਟਰੱਕ ਕਨਫਰਮ ਹੈ, ਟਰੱਕ ਆ ਰਹੇ ਆ। ਅੱਛਾ,
ਕਿ ਟਰੱਕਾਂ ਵਾਲੇ ਤੁਹਾਨੂੰ ਲੈ ਕੇ ਜਾਣਗੇ? ਟਰੱਕਾਂ ਵਾਲੇ ਲੈ ਜਾਂਦੇ ਆ, ਉਹਨਾਂ ਨੂੰ ਵੀ ਕਹਿਣਾ ਪੈਂਦਾ ਹੈ ਜਦੋਂ। ਅੱਛਾ, ਤੇ ਜੇ ਜੇ ਅਗਰ ਬਾਈ ਦਾ ਪ੍ਰਾਈਵੇਟ ਆਪਾਂ ਕੋਈ ਵਹੀਕਲ ਕਰਦੇ ਆ, ਉਹਦਾ ਰੇਟ ਵੀ, ਉਹਦਾ ਰੈਂਟ ਵੀ ਲੱਗਣਾ, ਫਿਰ ਆਉਣ ਜਾਣ ਦੀ ਵੀ ਪਰਮਿਸ਼ਨ ਦਾ ਪੰਗਾ। ਵੀਰ ਜੀ, ਜ਼ਿੰਦਗੀ ਦੇ ਵਿੱਚ ਮੇਰਾ ਮੰਨਣਾ ਇਹ ਹੈ ਵੀ ਜਾਨ ਬਚੀ ਰਹੀ ਤੇ ਸਰਵਾਈਵ ਬਹੁਤ ਕਰ ਲਾਂਗੇ, ਬਹੁਤ ਕੁਛ ਦੁਨੀਆ 'ਚ ਕਰ ਲਾਂਗੇ ਆਪਾਂ, ਹੈ ਨਾ? ਹਾਂਜੀ ਕੋਈ ਘਾਟੇ ਹਾਂਜੀ ਵਾਧੇ, ਉਹ ਸਿਆਣੇ ਕਹਿੰਦੇ ਜਦੋਂ ਅੱਗ ਲੱਗੀ ਹੋਵੇ ਤਾਂ ਮਸ਼ਕਾਂ ਦੇ ਭਾਅ ਨਹੀਂ ਪੁੱਛੀ ਦੇ ਹੁੰਦੇ, ਉਦੋਂ ਠੀਕ ਹੈ ਜੀ। ਘਰ ਹਾਂਜੀ ਬਚਾਈਦਾ ਹੁੰਦਾ ਹੈ, ਹੈ ਨਾ? ਸੋ ਮੇਨ ਗੱਲ ਇਹ ਹੈ ਕਿ ਹਾਂਜੀ ਜਿਵੇਂ ਪਹਿਲੀ ਗੱਲ ਤੇ ਮੈਂ ਇਹ ਸਲਾਹ ਦਿਆਂਗਾ ਵੀ ਜਿੱਥੇ ਤੁਸੀਂ ਹੋ, ਜੇ ਇੱਥੇ ਤੁਹਾਡੇ ਕੋਲ ਰਾਸ਼ਨ ਹੈ, ਕੋਈ ਦਿੱਕਤ ਪ੍ਰੋਬਲਮ ਨਹੀਂ ਹੈ, ਤਾਂ ਤੁਸੀਂ ਉੱਥੇ ਟਿਕੇ ਰਹੋ ਉਹਨਾਂ ਚਿਰ। ਸੈਕਿੰਡ, ਜੇ ਤੁਹਾਨੂੰ ਲੱਗਦਾ ਪਿਆ ਵੀ ਤੁਹਾਡੀ ਜੇਬ 'ਚੋਂ ਖਰਚਾ ਮੁੱਕੇਗਾ ਕੱਲ੍ਹ ਨੂੰ ਕੋਈ ਦਿੱਕਤ ਆਵੇਗੀ, ਅਜੇ ਤੱਕ ਤੁਹਾਡਾ ਚੱਲਦਾ ਪਿਆ, ਤੇ ਕੋਈ ਗੱਲ ਨਹੀਂ ਵੀਰ ਜੀ, ਸਿੱਖ ਕੌਮ ਅਜੇ ਖਤਮ ਨਹੀਂ ਹੋਈ, ਅਜੇ ਜਿਉਂਦੀ ਹੈ, ਅਕਾਊਂਟ ਲੈ ਕੇ ਵੀ ਪਾਇਆ ਜਾ ਸਕਦਾ, 100 ਹੱਲ ਨਿਕਲ ਸਕਦਾ। ਤੇ ਆਉਣ ਦੀ ਜਿਹੜੀ ਪ੍ਰਕਿਰਿਆ ਆ, ਮੈਂ ਤੁਹਾਨੂੰ ਸਲਾਹ ਦਿਆਂਗਾ ਵੀ ਕੋਈ ਇਲੀਗਲ ਤਰੀਕਾ ਨਾ ਵਰਤਿਆ ਜੇ, ਲੀਗਲ ਤਰੀਕੇ ਨਾਲ ਕੀ ਆਇਆ ਜੇ ਆਉਣਾ ਹੋਇਆ। ਹਾਂਜੀ ਸਰ, ਇਸੇ ਕਰਕੇ ਤੁਹਾਨੂੰ ਫੋਨ ਕੀਤਾ ਸੀ, ਆਪਾਂ ਵੀ ਜੀ ਕੋਈ ਅਲੀਗਲ ਤਰੀਕਾ ਵਰਤਦੇ ਤੇ ਆਪਾਂ ਹੁਣ ਤੱਕ ਪੰਜਾਬ ਹੀ ਹੋ ਸਕਦੇ ਹਾਂ। ਹਾਂਜੀ ਹਾਂਜੀ, ਮਸਲਾ ਹੁੰਦਾ ਕਿ ਰਾਜ ਵੀ ਕਈ ਜਾਣੇ ਦੇਣਾ ਜੀ ਜੀ ਤੇ ਬਾਈ ਇੱਕ ਮਸਲਾ ਦੀ ਜੇਬ ਤੋਂ ਕਿੰਨਾ ਚਿਰ ਖਰਚਣਾ ਆਪਾਂ ਜੀ। ਹੁਣ ਸਹੂਲਤ ਵੀ ਜਾਂ ਇੱਥੇ ਵੀ ਸਹੂਲਤ ਪਈ ਜਾਂ ਪਿੱਛੇ ਵੀ, ਸਾਡੇ ਤੋਂ ਪਿੱਛੇ ਵੀ ਪਤਾ ਲੱਗੇ ਕਿ ਸਾਨੂੰ ਪਿੱਛੇ ਤੋਂ ਸਹੂਲਤ ਮਿਲ ਗਈ ਹੈ। ਹਾਂਜੀ, ਆਪ ਹੋਣ ਵੀ ਘਰਦੇ ਆਪ ਦੇ ਕਈ ਭਾਈ ਦੂਰ ਕਰ ਲੈਂਦੇ, ਆਪ ਬੰਦਾ 100 ਹੱਲ ਕਰ ਸਕਦਾ, ਭਜ ਨੱਠ ਕਰ ਸਕਦਾ ਜੀ। ਹੁਣ ਮੈਂ ਤੁਹਾਨੂੰ ਵੱਡੀ ਪ੍ਰੋਬਲਮ ਦੱਸੀ ਹੈ ਕਿ ਘਰ ਮੇਰੇ ਬੱਚੇ ਕਿਤੇ ਆ, ਮੈਂ ਕਿਤੇ ਹਾਂ, ਇਹੋ ਜਿਹੀ ਪ੍ਰੋਬਲਮ ਕਈਆਂ ਨਾਲ ਹੋਣੀ ਇੱਥੇ ਜੀ। ਜੀ ਮੈਂ ਵੀਰ ਜੀ ਤੁਹਾਡੀ ਕਾਲ ਇਸੇ ਕਰਕੇ ਚੈਨਲ ਤੇ ਲਈ ਹੈ ਕਿ ਤੁਹਾਡੀ ਆਵਾਜ਼ ਜਿਹੜੀ ਹੈ ਮੈਂ ਅੱਗੇ ਪੇਸ਼ ਕਰ ਸਕਾਂ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਤੁਹਾਡੀ ਸ੍ਰੀਨਗਰ ਦੇ ਵਿੱਚ ਵੀ ਬੜੇ ਸਿੱਖ ਨੇ, ਉਹ ਤੁਹਾਡੀ ਹੈਲਪ ਕਰ ਸਕਦੇ ਨੇ, ਤੇ ਸ੍ਰੀਨਗਰ ਦੀਆਂ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਉਹ ਤੁਹਾਡੀ ਹੈਲਪ ਦੇ ਵਿੱਚ ਆ ਸਕਦੀਆਂ ਨੇ। ਵੀਰ ਜੀ ਇਸ ਤਰ੍ਹਾਂ ਹੈ ਕਿ ਜਦੋਂ ਤੋਂ ਅਸੀਂ ਅਕਾਲ ਚੈਨਲ ਦੇ ਉੱਪਰ ਵੀਡੀਓ ਪਾਈ ਸੀ ਹਜ਼ੂਰ ਸਾਹਿਬ ਦੀ ਸੰਗਤ ਦੀ, ਤੁਸੀਂ ਦੇਖੀ ਹੈ, ਹਾਂਜੀ, ਉਸ ਤੋਂ ਬਾਅਦ ਕਾਫੀ ਸੱਜਣਾਂ ਨੇ ਇਹ ਵੀ ਕਹਿ ਦਿੱਤਾ ਵੀ ਅਸੀਂ ਬੱਸਾਂ ਭੇਜ ਦਿੰਦੇ ਹਾਂ, ਅਸੀਂ ਗੱਡੀਆਂ ਭੇਜ ਦਿੰਦੇ ਹਾਂ, ਸਾਰਾ ਖਰਚਾ ਸਾਡੇ ਵੱਲੋਂ ਹੋ ਜਾਂਦਾ, ਚਲੋ ਕੁਛ ਖੜੇ ਤੇ ਹੈ, ਹੈ ਨਾ? ਬਾਕੀ ਸਰਕਾਰੀ ਤੰਤਰ ਨੇ ਜੋ ਪਰਮਿਸ਼ਨ ਦੇਣੀ ਹੁੰਦੀ ਹੈ ਉਹ ਉਹਨਾਂ ਦੇ ਵੱਸ ਹੁੰਦਾ ਆ। ਇਸੇ ਤਰੀਕੇ ਨਾਲ ਤੁਹਾਡੀ ਆਵਾਜ਼ ਅਸੀਂ ਚੈਨਲ ਦੇ ਉੱਪਰ ਚਲਾ ਦਿੰਦੇ ਹਾਂ, ਘੱਟੋ ਘੱਟ ਜੇ ਤੁਹਾਨੂੰ ਕੋਈ ਪੰਜਾਬ ਨਹੀਂ ਪਹੁੰਚਾ ਸਕਦਾ, ਤੁਹਾਡੇ ਤੱਕ ਰਾਸ਼ਨ ਤੇ ਪਹੁੰਚਾ ਹੀ ਸਕੇਗਾ ਨਾ? ਹਾਂਜੀ ਸਰ, ਹਾਂਜੀ, ਸ੍ਰੀਨਗਰ ਦੇ ਵਿੱਚ ਵੀ ਸਿੱਖ ਨੇ, ਮੈਂ ਦੇਖੋ ਇਸ ਮਾਧਿਅਮ ਦੇ ਰਾਹੀਂ ਸ੍ਰੀਨਗਰ ਦੇ ਸਿੱਖਾਂ ਨੂੰ ਵੀ ਬੇਨਤੀ ਕਰਾਂਗਾ ਵੀ ਅਕਸਰ ਹੀ ਤੁਸੀਂ ਸਾਰੇ ਮੇਰੇ ਵੀਰ ਭਰਾ ਅਕਾਲ ਚੈਨਲ ਦੇ ਜ਼ਰੀਏ ਮੈਨੂੰ ਸੁਣਦੇ ਰਹਿੰਦੇ ਹੋ, ਮੈਂ ਜਨਤਾ ਦੀ ਆਵਾਜ਼ ਬਣਦਾ ਵਾਂ, ਤੇ ਇਹਨਾਂ ਵੀਰਾਂ ਦਾ ਵੀ ਪਤਾ ਕਰਕੇ ਤੇ ਇਹਨਾਂ ਦੇ ਨਾਲ ਕੰਟੈਕਟ ਕੀਤਾ ਜਾਵੇ, ਤੇ ਜਿੱਥੇ ਵੀ ਵੀਰ ਫਸੇ ਹੋਏ ਨੇ ਇਹਨਾਂ ਨੂੰ ਜਿਹੜੀ ਵੀ ਲੋੜੀਂਦੀ ਚੀਜ਼ ਉਹ ਮੁਹੱਈਆ ਕਰਵਾਈ ਜਾਵੇ ਜੀ। ਵੀਰ ਜੀ ਫਸਟ ਆਪਾਂ ਇਹ ਕਰਦੇ ਹਾਂ, ਪਰ ਥੋੜ੍ਹਾ ਜਿਹਾ ਤੁਸੀਂ ਨਾ ਕੁਛ ਟਰਾਈ ਕਰਕੇ ਦੇਖੋ, ਗੁਰਦੁਆਰਾ ਸਾਹਿਬ ਦਾ ਕੰਟੈਕਟ ਨੰਬਰ ਲਵੋ। ਹਾਂਜੀ ਸਰ, ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਰਿਕੁਐਸਟ ਕਰੋ ਕਿ ਉੱਥੋਂ ਦੇ ਉੱਚ ਅਧਿਕਾਰੀਆਂ ਦੇ ਨਾਲ ਮਿਲ ਕੇ ਤੇ ਸਾਨੂੰ ਪਰਮਿਸ਼ਨ ਦਵਾਈ ਜਾਵੇ। ਇਹ ਤਰੀਕਾ ਹੁੰਦਾ ਵੀਰ ਜੀ, ਜਿਵੇਂ ਕਿਸੇ ਨੇ ਫੋਰਨ ਜਾਣਾ, ਅਸੀਂ ਆਮ ਕਰਕੇ ਗੱਲ ਕਹਿੰਦੇ ਹੁੰਦੇ ਹਾਂ ਵੀ ਆਪਣੀ ਅੰਬੈਸੀ ਦੇ ਨਾਲ ਕੰਟੈਕਟ ਕਰੋ, ਉਹ ਅੰਬੈਸੀ ਨਾਲ ਕੰਟੈਕਟ ਕਰਦੇ ਨੇ, ਫਿਰ ਪਤਾ ਲੱਗ ਜਾਂਦਾ ਵੀ ਇੰਨੀ ਤਰੀਕ ਦੀ ਫਲਾਈਟ ਹੈ, ਉਹ ਸਾਰਾ ਕੁਛ ਹੋ ਜਾਂਦਾ। ਮੈਂ ਤੁਹਾਨੂੰ ਬੇਨਤੀ ਕਰਦਾ ਵਾਂ, ਪਹਿਲੀ ਗੱਲ ਤੇ ਬਾਹਰ ਅਜੇ ਨਾ ਨਿਕਲਿਆ ਜੇ, ਕਿਉਂਕਿ ਜੇ ਕਿਤੇ ਕੋਈ ਇਸ ਤਰੀਕੇ ਦਾ ਮਾਹੌਲ ਹੋਇਆ ਜਿਵੇਂ ਆਪਾਂ ਦੇਖਦੇ ਹਾਂ ਵੀਡੀਓ ਦੇ ਵਿੱਚੋਂ, ਚੰਗਾ ਨਹੀਂ ਲੱਗਣਾ। ਤੁਸੀਂ ਨੈਟ ਤੇ ਗੁਰਦੁਆਰਾ ਸਾਹਿਬ ਦਾ ਨੰਬਰ ਪਿਆ ਹੋਵੇਗਾ, ਗੁਰਦੁਆਰਾ ਸਾਹਿਬ ਦਾ ਉੱਥੋਂ ਦਾ ਕੰਟੈਕਟ ਨੰਬਰ ਲੈ ਕੇ ਉਹਨਾਂ ਦੇ ਨਾਲ ਕੰਟੈਕਟ ਕਰੋ। ਅਸੀਂ ਵੀ ਉੱਥੋਂ ਦੀ ਪ੍ਰਬੰਧਕ ਕਮੇਟੀ ਨੂੰ ਰਿਕੁਐਸਟ ਕਰ ਦਿੰਦੇ ਹਾਂ ਅਕਾਲ ਚੈਨਲ ਵੱਲੋਂ ਵੀ, ਉਹ ਤੁਹਾਨੂੰ ਪਰਮਿਸ਼ਨ ਲੈ ਕੇ ਦਿੰਦੇ ਨੇ, ਜੇ ਕਿਸੇ ਕਾਰਨ ਕਰਕੇ ਪਰਮਿਸ਼ਨ ਨਹੀਂ ਮਿਲਦੀ ਤੇ ਘੱਟੋ ਘੱਟ ਤੁਹਾਡੇ ਕੋਲ ਰਾਸ਼ਨ ਜ਼ਰੂਰ ਮੁਹੱਈਆ ਕਰਵਾ ਦੇਣਗੇ, ਇਹਨਾਂ ਸਾਨੂੰ ਕਨਫਰਮ ਹੈ। ਠੀਕ ਹੈ ਜੀ, ਠੀਕ ਹੈ ਜੀ, ਜੇ ਕਿਸੇ ਕਾਰਨ ਕਰਕੇ ਤੁਹਾਡੇ ਕੋਲ ਰਾਸ਼ਨ ਵੀ ਨਾ ਪਹੁੰਚਦਾ ਹੋਇਆ, ਫਿਰ ਤੁਸੀਂ ਸਾਡੇ ਨਾਲ ਕੰਟੈਕਟ ਕਰਿਆ ਜੀ, ਫਿਰ ਅਸੀਂ ਕੋਈ ਨਾ ਕੋਈ ਹੱਲ ਕਰਾਂਗੇ ਵੀ ਤੁਹਾਡੇ ਕੋਲ ਰਾਸ਼ਨ ਕਿਵੇਂ ਪਹੁੰਚਾਉਣਾ, ਉੱਥੇ ਗੁਰਦੁਆਰਾ ਸਾਹਿਬ ਦੇ ਥਰੂ ਅਪਣਾਉਣਾ ਜਾਂ ਤੁਸੀਂ ਉਸ ਰਾਸ਼ਨ ਨੂੰ ਖਰੀਦੋਗੇ ਤੇ ਤੁਹਾਡੇ ਕੋਲ ਕਿਵੇਂ ਪੈਸੇ ਪਹੁੰਚਾਉਣੇ ਆ। ਠੀਕ ਹੈ ਜੀ, ਹਾਂ, ਤੁਹਾਨੂੰ ਕੋਈ ਦਿੱਕਤ ਨਹੀਂ ਆਵੇਗੀ, ਤੇ ਤੁਸੀਂ ਚੰਗਾ ਕੀਤਾ ਵੀ ਤੁਸੀਂ ਚੈਨਲ ਦੇ ਉੱਪਰ ਫੋਨ ਕਰਕੇ ਆਪਣਾ ਦਰਦ ਬਿਆਨ ਕਰ ਦਿੱਤਾ, ਤੇ ਅਸੀਂ ਵੀ ਚਾਹਾਂਗੇ ਵੀ ਤੁਸੀਂ ਜਿਹੜੇ ਵੀਰ ਉੱਥੇ ਬੈਠੇ ਹੋ ਤੇ ਤੁਹਾਡਾ ਕੰਟੈਕਟ ਨੰਬਰ ਦੇ ਦਿੰਦੇ ਹਾਂ, 6061634191, ਵੀ ਇੱਥੇ ਕੰਟੈਕਟ ਕਰਕੇ ਤੇ ਵੀਰਾਂ ਦੇ ਕੋਲ ਕੋਈ ਚੀਜ਼ ਜਿਹੜੀ ਹੈ ਉਹ ਮੁਹੱਈਆ ਕਰਵਾਈ ਜਾ ਸਕੇ। ਤੁਹਾਡਾ ਸ਼ੁਭ ਨਾਮ ਕੀ ਵੀਰ ਜੀ? ਜਤਿੰਦਰ ਸਿੰਘ। ਜਤਿੰਦਰ ਸਿੰਘ, ਠੀਕ ਹੈ ਵੀਰ ਜੀ, ਮੈਂ ਤੁਹਾਡੀ ਆਵਾਜ਼ ਚੈਨਲ ਦੇ ਉੱਪਰ ਚਲਾਉਣਾ। ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।